ਨਕੋਦਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਦੀਪ ਸਿੰਘ ਔਰ ਇਸ ਵਕਤ ਦੀ ਨਕੋਦਰ ਤੱਕ ਵੱਡੀ ਅਹਿਮ ਖਬਰ ਲੈ ਕੇ ਹਾਜ਼ਰ ਹਾਂ। ਸੇਵਾ ਕੇਂਦਰ ਦੇ ਅਸੀਂ ਬਿਲਕੁਲ ਅੱਗੇ ਖੜ੍ਹੇ ਹਾਂ। ਸੇਵਾ ਕੇਂਦਰ ਦਾ ਮਤਲਬ ਜਿੱਥੇ ਕਿ ਜੋ ਕੰਮ ਫ੍ਰੀ ਹੁੰਦੇ ਆ, ਜੋ ਜਨਤਾ ਦੀ ਸੇਵਾ ਦੇ ਲਈ ਨਾਮ ਰੱਖੇ ਨੇ ਸੇਵਾ ਕੇਂਦਰ। ਸੇਵਾ ਕੇਂਦਰ ਸੀ ਜੋ ਸਾਬਕਾ ਸਰਕਾਰ ਨੇ ਸ਼ੁਰੂ ਕੀਤੇ ਸੀ, ਪਰ ਇਸ ਵਕਤ ਜੋ ਨਜ਼ਾਰਾ ਹੈ ਜੋ ਸੇਵਾ ਕੇਂਦਰ ਹੈ ਧੱਕਾ ਕੇਂਦਰ ਦੇ ਵਿੱਚ ਬਦਲਦੇ ਜਾ ਰਿਹਾ। ਔਰ ਇੱਥੇ ਜਿੰਨੇ ਵੀ ਕੰਮ ਹੁੰਦੇ ਆ 100 ਤੋਂ ਲੈ ਕੇ 200-500 ਰੁਪਏ ਤੱਕ ਫੀਸ ਲਈ ਜਾਂਦੀ ਹੈ। ਔਰ ਇੱਕ ਅਜਿਹਾ ਹੀ ਨਜ਼ਾਰਾ ਅੰਦਰ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਦਾ ਕਹਿਣਾ ਸੀ ਜੋ ਕੁਝ ਕਾਰਡ ਬਣਾ ਕੇ ਦਿੱਤੇ ਜਾ ਰਿਹਾ, ਪਰ ਜੋ ਕਾਰਡ ਲੋਕ ਬਣਵਾ ਰਹੇ ਨੇ ਉਹਨਾਂ ਨੂੰ ਇਸ ਦਾ ਨਹੀਂ ਪਤਾ ਕਿ ਜੋ ਕਾਰਡ ਨੇ ਇਹ ਕੀ ਕੰਮ ਆਉਂਦੇ ਨੇ ਔਰ ਇਹਨਾਂ ਤੋਂ ਕੀ ਸਹੂਲਤ ਮਿਲਦੀ ਹੈ। ਇਸ ਤੋਂ ਅੱਗੇ ਤੁਹਾਨੂੰ ਅੰਦਰ ਦਾ ਵੀ ਨਜ਼ਾਰਾ ਦਿਖਾਉਂਦੇ ਹਾਂ ਕਿ ਸੇਵਾ ਕੇਂਦਰ ਦੇ ਵਿੱਚ 40 ਟੋਕਨ ਮਿਲਦੇ ਆ। ਜੇਕਰ 40 ਤੋਂ ਬਾਅਦ ਕੋਈ ਹੋਰ ਆ ਜਾਂਦਾ ਤਾਂ ਉਸਨੂੰ ਟੋਕਨ ਨਹੀਂ ਦਿੱਤਾ ਜਾਂਦਾ, ਔਰ 40 ਟੋਕਨ ਜੋ ਮਿਲਦੇ ਆ ਸ਼ਾਮ ਤੱਕ ਜੇਕਰ ਉਹਨਾਂ ਨੂੰ ਕੋਈ ਬਚ ਜਾਂਦਾ ਤਾਂ ਉਹਨਾਂ ਦੀ ਵਾਰੀ ਵੀ ਨਹੀਂ ਆਉਂਦੀ। ਸੇਵਾ ਕੇਂਦਰ ਦੇ ਬਿਲਕੁਲ ਅਸੀਂ ਅੰਦਰ ਖੜ੍ਹੇ, ਤੁਸੀਂ ਭੀੜ ਦੇਖ ਸਕਦੇ ਹੋ ਕਿਸ ਤਰ੍ਹਾਂ ਭੀੜ ਲੱਗੀ ਹੋਈ। ਔਰ ਕੁਛ ਲੋਕ ਇੱਥੇ ਨੇ, ਉਹਨਾਂ ਦਾ ਕਹਿਣਾ ਕਿ ਸਵੇਰੇ 8 ਵਜੇ ਆਏ ਸੀ ਪਰ ਅਜੇ ਤੱਕ ਕੋਈ ਵਾਰੀ ਨਹੀਂ ਆਈ। ਪਹਿਲਾਂ ਨਾਲ ਨੇ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੁਭਾ ਜੀ ਕਿੰਨੇ ਵਜੇ ਆਏ ਸੀਗੇ? 8 ਵਜੇ। ਅਤੇ ਕੰਮ ਹੋ ਗਿਆ ਤੁਹਾਡੇ? ਇੱਕ ਰਹਿੰਦਾ ਜੀ। ਇੱਕ ਰਹਿੰਦਾ, ਕਿੰਨੇ ਘੰਟੇ ਹੋ ਗਏ ਇੱਥੇ ਆਉਣ? 8 ਵਜੇ ਆਏ, ਦੇਖੋ ਜੀ 1 ਵਜੇ 5-6 ਘੰਟੇ। ਤੁਹਾਨੂੰ ਲੱਗਦਾ ਨਹੀਂ ਕਿ ਪਰੇਸ਼ਾਨੀ ਹੁੰਦੀ ਹੈ ਇੱਥੇ? ਪਰੇਸ਼ਾਨੀ ਹੁੰਦੀ, ਪਰੇਸ਼ਾਨੀ ਹੁੰਦੀ, ਮੁੜ ਗਏ ਹਾਂ। ਤੁਸੀਂ ਮਾਤਾ ਜੀ ਕੀ ਕਰ? ਕਿੰਨੇ ਵਜੇ ਆਏ ਸੀਗੇ? 8 ਵਜੇ ਇਕੱਠੇ ਆਏ ਹਾਂ। ਉਦੋਂ ਵੀ ਇੱਥੇ ਇੰਨੀ ਭੀੜ ਲੱਗੀ ਹੋਈ ਸੀਗੀ? ਹਾਂਜੀ, ਇੱਦਾਂ ਲੱਗੀ, ਲੈਣ ਲੱਗੀ ਸੀ। 9 ਵਜੇ ਖੋਲ੍ਹਿਆ ਉਹਨਾਂ ਨੇ। 9 ਵਜੇ ਖੁੱਲ੍ਹਿਆ, ਦੇਖਿਓ ਜੀ ਸੁਬਾਹ ਤੋਂ ਲੋਕ ਆਏ ਔਰ ਕਾਫੀ ਜ਼ਿਆਦਾ ਭੀੜ ਲੱਗੀ ਹੋਈ। ਜੋ ਸੇਵਾ ਕੇਂਦਰ ਹੈ ਲਗਾਤਾਰ ਧੱਕਾ ਕੇਂਦਰ ਬਣਦੇ ਜਾ ਰਹੇ ਨੇ, ਅੱਗੇ ਵੀ ਸਾਡੇ ਨਾਲ ਲੋਕ ਜੁੜੇ ਹੋਏ ਨੇ, ਗੱਲਬਾਤ ਕਰਦੇ ਹਾਂ। ਹਾਂਜੀ, ਕਿੰਨੇ ਵਜੇ ਤੁਸੀਂ ਆ ਸੀਗੇ? ਮੈਂ ਸਰ 12 ਵਜੇ ਆਈ ਸੀ। 12 ਵਜੇ ਆਏ ਸੀਗੇ, ਕੰਮ ਹੋ ਗਿਆ ਤੁਹਾਡੇ? ਹਾਂਜੀ, ਫਾਰਮ ਲੈ ਲਿਆ, ਫਾਰਮ ਆਪ ਹੀ ਭਰਦੇ ਪਏ ਹਾਂ। ਵੈਸੇ 100 ਰੁਪਏ ਦੇ ਫਾਰਮਾਂ ਦੀ ਫੀਸ ਕਿੰਨੀ ਹੈ? 100 ਰੁਪਈਆ ਭਰਨ ਦੀ। 100 ਰੁਪਈਆ, ਦੇਖੋ ਲੋਕ ਲਗਾਤਾਰ ਜੁੜੇ ਹੋਏ ਨੇ, ਕਹਿ ਰਹੇ ਨੇ ਕਿ ਫਾਰਮਾਂ ਦੀ ਫੀਸ ਜੋ 100 ਰੁਪਈਆ। ਇੱਕ ਵਾਰ ਫਿਰ ਦੱਸ ਦੇ ਕਿ ਉਹ ਸੇਵਾ ਕੇਂਦਰ ਨੇ ਧੱਕਾ ਕੇਂਦਰ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਇੱਕ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਸਾਰਾ ਨਜ਼ਾਰਾ ਤੁਹਾਨੂੰ ਦਿਖਾ ਦੇਵੇ ਜੋ ਅੰਦਰ ਦਾ ਦ੍ਰਿਸ਼ ਹੈ। ਜੋ ਫਾਰਮ ਤੁਸੀਂ ਭਰ ਰਹੇ ਹੋ ਇਹ ਕੀ ਫਾਰਮ, ਕੀ ਪ੍ਰਸਿੱਧੀ, ਕੀ ਲੋਕਾਂ ਨੂੰ ਮਿਲੂਗਾ ਫਾਰਮ ਦੇ ਵਿੱਚ? ਸਰ ਇਹਦੇ ਵਿੱਚ ਸਰਵਿਸਾਂ ਆਹ ਮਿਲਣਗੀਆਂ। ਹਾਂਜੀ, ਜਿੱਦਾਂ ਕਿ ਅਸੀਂ ਨੈਸ਼ਨਲ ਓਲਡ ਏਜ ਪੈਨਸ਼ਨ ਦੀ ਸਕੀਮ ਹੈ ਇਹਦੇ ਵਿੱਚ। ਹਾਂਜੀ, ਨੈਸ਼ਨਲ ਫੈਮਿਲੀ ਬੈਨੀਫਿਟ ਮਿਲ ਰਹੇ ਆ, ਜਨਾਨੀ ਸੁਰੱਖਿਆ ਯੋਜਨਾ ਹੈ। ਇਹਦੀ ਜੀ ਫੀਸ ਕਿੰਨੀ ਹੈ? ਇਹਦੀ ਸਰ ਫੋਰਮ ਭਰਨ ਦੀ ਫੀਸ 100 ਰੁਪਈਆ ਆ। ਹਾਂਜੀ, ਫਾਈਲ ਡਿਪੋਜ਼ਿਟ ਕਰਨ ਦੀ ਫੀਸ ਹੈ, ਜੋ ਕਾਰਡ ਬਣ ਰਿਹਾ ਉਹਦੀ 10 ਰੁਪਏ। ਇੱਕ ਜੇ ਲੋਕਾਂ ਦਾ ਕਹਿਣਾ ਸੀ ਸੁਬਾਹ ਤੋਂ ਆ ਜਾਣਾ, 40 ਟੋਕਨ ਮਿਲਦੇ ਆ, ਉਹ ਤੋਂ ਬਾਅਦ ਮਿਲਦੇ ਨਹੀਂ, ਕਾਫੀ ਪਰੇਸ਼ਾਨੀ ਹੁੰਦੀ ਹੈ। ਆਧਾਰ ਕਾਰਡ ਦੇ ਮਿਲਦੇ ਆ। ਹਾਂਜੀ, ਟੋਟਲ 100 ਟੋਕਨ ਮਿਲਦੇ ਆ ਆਪਣੇ, 100 ਟੋਕਨ ਮਿਲਦੇ ਆ ਤੁਹਾਡੇ ਸਾਹਮਣੇ ਰਸ਼ ਆ। ਹਾਂਜੀ, ਸ਼ਾਮ ਤੱਕ 100 ਟੋਕਨ, ਕੱਲ੍ਹ ਵੀ 5:15 ਵਜੇ ਤੱਕ। ਕਿੰਨੇ ਕੋਈ ਇੱਥੇ ਜੋ ਲੋਕ ਇੱਥੇ ਆਉਂਦੇ ਆ, ਕਿੰਨੇ ਕੋ ਭੁਗਤੇ ਜਾਂਦੇ, ਕਿੰਨੇ ਕੋ ਬਾਕੀ ਰਹਿ ਜਾਂਦੇ? ਕੱਲ੍ਹ ਤਾਂ ਕੋਈ ਬਾਕੀ ਨਹੀਂ ਰਿਹਾ, ਕੱਲ੍ਹ 100 ਟੋਕਨ ਪੂਰੇ ਹੋ ਗਏ ਸੀ। 100 ਅਸੀਂ ਪੂਰਾ ਕਰਕੇ ਜਾਈਦਾ, 100 ਟੋਕਨ ਦੇਈਦਾ, ਪੂਰਾ ਕਰਕੇ ਜਾਈਦਾ। ਕੱਲ੍ਹ ਵੀ 5:15 ਵਜੇ ਤੱਕ ਅਸੀਂ ਇੱਥੇ ਸੀਗੇ। ਹਾਂਜੀ, ਇਹ ਟਾਈਮ ਕਿੰਨਾ ਹੁੰਦਾ ਖੁੱਲ੍ਹਣ ਦੇ? ਹਾਂਜੀ, ਸਵੇਰ ਦਾ ਟਾਈਮ ਕਿੰਨਾ ਹੁੰਦਾ ਖੁੱਲ੍ਹਣ? ਟਾਈਮਿੰਗ ਸਰ 9 ਵਜੇ ਦਾ, ਅਤੇ ਬੰਦ ਦੇ 5 ਵਜੇ। ਨਕੋਦਰ ਦੇ ਜੋ ਸੇਵਾ ਕੇਂਦਰ ਹੈ, ਅਸੀਂ ਇੱਕ ਅਹਿਮ ਤੁਹਾਨੂੰ ਵੱਡੀ ਗੱਲ ਦੱਸਣ ਜਾ ਰਹੇ ਹਾਂ ਕਿ ਅੰਦਰ ਇੱਕ ਲੇਬਰ ਫਾਰਮ ਭਰਿਆ ਜਾ ਰਿਹਾ, ਉਸਦੀ ਫੀਸ 100 ਰੁਪਈਆ ਲਈ ਜਾਂਦੀ ਸਿਰਫ ਕੇਵਲ ਫਾਰਮ ਭਰਨ ਦਾ। ਇੱਕ ਛੋਟਾ ਜਿਹਾ ਫਾਰਮ ਹੈ ਜੋ ਫਿਲ ਕਰਨ ਦਾ ਜੋ ਤਰੀਕਾ ਉਹ ਇੱਕ ਫ੍ਰੀ 'ਚ ਵੀ ਕੀਤਾ ਜਾ ਸਕਦਾ, ਪਰ 100 ਰੁਪਈਆ ਲਿਆ ਜਾ ਰਿਹਾ। ਔਰ ਜੋ ਇਨਸਾਨ ਜੋ ਵਿਅਕਤੀ 100 ਰੁਪਏ ਨਹੀਂ ਦਿੰਦੇ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਆਪਣਾ ਫਾਰਮ ਆਪ ਵੀ ਭਰ ਸਕਦੇ ਹੋ। ਸਰਕਾਰ ਨੂੰ ਇਸ ਪ੍ਰਤੀ ਸਖ਼ਤ ਨੋਟਿਸ ਲੈਣਾ ਚਾਹੀਦਾ, ਕਿਉਂਕਿ ਜੋ ਇੱਥੇ ਗਰੀਬ ਜਨਤਾ ਹੀ ਸਾਰੀ ਆਉਂਦੀ ਹੈ ਉਹ 100 ਰੁਪਈਆ ਉਹਨਾਂ ਤੋਂ ਜੋ ਲਿਆ ਜਾਣਾ ਇੱਕ ਬਹੁਤ ਹੀ ਮਾੜੀ ਗੱਲ ਜਾਂ ਮੰਦਭਾਗੀ ਗੱਲ ਵੀ ਅਸੀਂ ਕਹਿ ਸਕਦੇ ਹਾਂ। ਕੈਮਰਾ ਪਰਸਨ ਦਵਿੰਦਰ ਦਾ, ਹਰਦੀਪ ਸਿੰਘ, ਨਕੋਦਰ ਨਿਊਜ਼ ਰਿਪੋਰਟ।